13 ਸਾਲਾਂ ਦਾ ਹੋਣਾ ਭਾਜੀ ਯਾਦਾਂ ਮੈਂ ਖੇਡਣ ਲੱਗ ਪਿਆ ਤਾਂ ਹੁਣ ਤਾਂ ਪਤਾ ਜੀ ਪਤਾ ਨਹੀਂ ਕਿੰਨੇ ਕੁ ਮੈਂ ਸਾਰੀ ਰੀਜਨ ਇੱਕ ਬੰਦੇ ਨੂੰ ਕਿਹਾ ਸੀ ਇਹ ਗਲਤ ਕਹਿਣਾ ਇੱਕ ਬੰਦਾ ਇੱਧਰ ਇੱਕ ਬੰਦਾ ਵਧੀਆ ਖੇਲਿਆ ਸਾਰੇ ਵਧੀਆ ਕੀਤੇ ਆਪਣੇ ਸਾਰੇ ਐਵਰੀਬਡੀ ਆਪਣਾ ਟਾਈਮ ਪਾਇਆ ਵਿੱਚ ਆਪਣਾ ਟਰਾਈ ਕੀਤਾ ਸਭ ਕੁਝ ਸਾਰੀ ਰੀਜਨ ਹਾਂਜੀ ਭਾਜੀ ਰੱਬ ਦੀ ਕਿਰਪਾ ਹੋ ਗਈ ਭਾਜੀ ਰੱਬ ਦਾ ਹੱਥ ਸੀਗਾ ਸਿਰ 'ਤੇ ਤਾਂ ਭਾਜੀ ਜਿੱਤ ਪ੍ਰਾਪਤ ਕੀਤੀ ਆ ਤਾਂ ਭਾਜੀ ਸਾਰੀ ਟੀਮ ਨੇ ਭਾਜੀ ਫੁੱਲ ਜ਼ੋਰ ਮਾਰਿਆ ਸਾਡੀ ਨੇ ਸਾਡੀ ਰੀਜਨ ਅੱਜ ਕਲੋਜਿੰਗ ਸੈਰਾਮਨੀ ਜੋ ਇੰਟਰਨੈਸ਼ਨਲ ਕਬੱਡੀ ਕੱਪ ਕਰਾਇਆ ਜਾ ਰਿਹਾ ਉਸਦੀ ਹੈ ਔਰ ਇੱਥੇ ਹੁਣ ਜੋ ਮੈਚ ਸੀ ਬੜੀ ਸਖਤ ਟੱਕਰ ਹੋਈ ਸੀਗੀ ਯੂ ਐੱਸ ਏ ਔਰ ਇੰਗਲੈਂਡ ਦੇ ਵਿਚਕਾਰ ਸੋ ਤੀਸਰੇ ਨੰਬਰ 'ਤੇ ਯੂ ਐੱਸ ਏ ਦੀ ਟੀਮ ਰਹੀ ਹੈ ਸੋ ਸਾਡੇ ਨਾਲ ਨੇ ਸਨੀ ਕੰਦੋਲਾ ਜੀ ਜੋ ਇਸ ਟੀਮ ਦੇ ਕੈਪਟਨ ਸਾਹਿਬ ਨੇ ਆਪ ਜੀ ਦਾ ਸਵਾਗਤ ਹੈ ਜੀ ਇਹਨਾਂ ਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਥੈਂਕ ਯੂ ਐੱਨ ਆਰ ਟੀ ਵੀ ਅਸਾਂ ਦਾ ਇੰਟਰਵਿਊ ਕਰਦੇ ਕਿਹੜੇ ਸਾਡੇ ਫੈਨ ਬਹੁਤ ਦੇਖਦੇ ਆ ਥੈਂਕ ਯੂ ਗਾਇਸ ਫੋਰ ਸਪੋਰਟਿੰਗ ਅਸ ਫੈਮਿਲੀ ਸਾਡੀ ਸਾਡੀ ਸਪੋਰਟ ਕਰਦੇ ਥੈਂਕ ਯੂ ਐਵਰੀਬਡੀ ਫੋਰ ਸਪੋਰਟਿੰਗ ਅਸ ਅੱਜ ਮੈਂ ਦੇਖ ਰਿਹਾ ਕਿ ਬੇਸ਼ੱਕ ਹੁਣ ਅਸੀਂ ਤੁਹਾਡੇ ਕੋਲ ਇੱਥੇ ਤੁਹਾਡੇ ਕੈਂਪ 'ਚ ਆਏ ਹਾਂ ਤੁਸੀਂ ਤੀਜੇ ਨੰਬਰ 'ਤੇ ਆਏ ਹੋ ਚਿਹਰੇ 'ਤੇ ਤੁਹਾਡੀ ਰੌਣਕ ਨਹੀਂ ਤੁਹਾਡੀ ਖੁਸ਼ੀ ਤੁਹਾਡਾ ਜੋਸ਼ ਨਹੀਂ ਦਿਖਾਈ ਦੇ ਰਿਹਾ ਤੁਹਾਡੇ ਕੀ ਕਾਰਨ ਮੈਂ ਆਪਣੀ ਟੀਮ ਵਾਸਤੇ ਹੈਪੀ ਹਾਂ ਪਰ ਆਪਣੀ ਪਰਫੋਰਮੈਂਸ ਵਾਸਤੇ ਮੈਂ ਸੈਡ ਹਾਂ ਮੈਂ ਆਪਣੀ ਪਰਫੋਰਮੈਂਸ ਸਹੀ ਦਿੱਤੀ ਨਹੀਂ ਪਰ ਕਿ ਸਾਰੇ ਮੁੰਡੇ ਆਪਣੇ ਦੁੱਲੇ ਹੋਣੇ ਸਾਰੇ ਰੇਡਰ ਹੋਣੇ ਸਾਰੇ ਜਪਲਾਈਨ ਸਭ ਤੋਂ ਵਧੀਆ ਖੇਲੇ ਅੱਜ ਪਰ ਆਪਣੀ ਪਰਫੋਰਮੈਂਸ ਵਾਸਤੇ ਮੈਂ ਆਪਣੀ ਲੈ ਡਾਊਨ ਆਪਣੀ ਟੀਮ ਲੈ ਡਾਊਨ ਕੀਤੀ ਅੱਜ ਖੇਡ ਦੇ ਵਿੱਚ ਚੱਲਦਾ ਅਪ ਡਾਊਨ ਹੁੰਦਾ ਤੁਸੀਂ ਆਪਣਾ ਬੈਸਟ ਪਰਫੋਰਮੈਂਸ ਦੇਣ ਦੀ ਕੀਤੀ ਹੈ ਕੋਸ਼ਿਸ਼ ਕੀਤੀ ਹੈ ਤੁਹਾਡਾ ਇੱਕ ਨਾਂ ਖੇਡ ਜਗਤ ਦੇ ਵਿੱਚ ਫਿਰ ਵੀ ਅੱਜ ਕੀ ਕਮੀ ਕੀ ਰਹਿ ਗਈ ਜੋ ਅੱਜ ਇਹਨੇ ਜੱਫੇ ਜਿਹੜੇ ਆ ਜਿਹਦੀ ਉਮੀਦ ਨਹੀਂ ਸੀ ਕਿ ਤੁਹਾਨੂੰ ਲੱਗ ਸਕਦੇ ਉਹ ਜੱਫੇ ਲੱਗ ਗਏ ਉਹ ਗੱਲ ਸੀ ਇੱਕ ਮਿਹਨਤ ਲੱਗੀ ਨਹੀਂ ਆਪਣੀ ਯੂ ਐੱਸ ਏ ਨੇ ਮੈਚ ਲੱਗੇ ਨਹੀਂ ਸਾਡੇ ਸਾਲ ਹੁਣ ਇੱਕ ਵੀਕ ਨੋਟਿਸ ਦਿੱਤਾ ਸੀ ਸਾਰੇ ਮੁੰਡਿਆਂ ਨੂੰ ਤਾਂ ਤੁਸੀਂ ਆ ਜਾਓ ਹੁਣ ਇੱਕ ਵੀਕ 'ਚ ਪਹਿਲਾਂ ਕੈਂਪ ਲਾਉਂਦੇ ਹੁੰਦੇ ਸੀ ਆਪਾਂ ਜਾਂ ਸੀਜ਼ਨ ਖੇਲਦੇ ਸੀ ਆਪਾਂ ਉਦੋਂ ਸਾਡੀ ਪ੍ਰੈਕਟਿਸ ਜ਼ਿਆਦਾ ਹੋਈ ਸੀ ਆਪਾਂ ਪਹਿਲੀ ਪਲੇਸ ਔਰ ਸੈਕਿੰਡ ਪਲੇਸ ਚੱਕ ਲੈਣਾ ਸੀ ਕੱਪ ਆਇਆ ਸੀ ਜੀ ਬਿਲਕੁਲ ਕੰਦੋਲਾ ਜੀ ਅੱਜ ਦੀ ਜੋ ਜਿੱਤ ਦਾ ਸਿਰ ਆਪਣੀ ਟੀਮ ਦੇ ਵਿੱਚ ਵੈਸੇ ਤਾਂ ਸਾਰੀ ਟੀਮ ਦਾ ਹਿੱਸਾ ਯੋਗਦਾਨ ਹੈ ਜਾਫੀਆਂ ਨੇ ਬਹੁਤ ਜ਼ਬਰਦਸਤ ਕੰਮ ਕੀਤਾ ਤੁਹਾਡੇ ਰੇਡਰਾਂ ਨੇ ਬਾਕੀਆਂ ਨੇ ਬਹੁਤ ਜ਼ਬਰਦਸਤ ਕੰਮ ਕੀਤਾ ਫਿਰ ਵੀ ਤੁਸੀਂ ਅੱਜ ਦੀ ਜਿੱਤ ਦਾ ਸਿਰ ਮੇਨ ਜਿਹੜਾ ਹੀਰੋ ਹੈ ਕਿਹਨੂੰ ਮੰਨਦੇ ਇੱਕ ਬੰਦੇ ਨੂੰ ਕਿਹਾ ਸੀ ਇਹ ਗਲਤ ਕਹਿਣਾ ਇੱਕ ਬੰਦਾ ਇੱਧਰ ਇੱਕ ਬੰਦਾ ਵਧੀਆ ਖੇਲਿਆ ਸਾਰੇ ਵਧੀਆ ਕੀਤੇ ਆਪਣੇ ਸਾਰੇ ਐਵਰੀਬਡੀ ਆਪਣਾ ਟਾਈਮ ਪਾਇਆ ਵਿੱਚ ਆਪਣਾ ਟਰਾਈ ਕੀਤਾ ਸਭ ਕੁਝ ਸੋ ਸਾਰੇ ਬੈਸਟ ਪਲੇਅਰ ਨਿਕਲਿਆ ਇੱਕ ਬੰਦਾ ਨਹੀਂ ਜੀ ਬਿਲਕੁਲ ਬੈਸਟ ਪਲੇਅਰ ਨਿਕਲਿਆ ਪਰ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਦੋਂ ਰੇਡ ਪਾਉਣ ਜਾਂਦਾ ਸੀ ਤਾਂ ਇੱਕ ਰੇਡਰ ਐਸਾ ਸੀ ਜਿਹਨੂੰ ਦੇਖ ਕੇ ਇੰਗਲੈਂਡ ਦੀਆਂ ਜਿਹੜੇ ਜਾਫੀ ਸੀਗੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਥੋੜ੍ਹੀ ਪੈ ਜਾਂਦੀ ਸੀ ਕਿਉਂਕਿ ਉਹ ਕਾਬੂ ਨਹੀਂ ਸੀ ਆ ਰਿਹਾ ਕਿਸੇ ਕੋਲੋਂ ਸੋ ਆਪ ਜੀ ਦਾ ਸਵਾਗਤ ਹੈ ਜੀ ਭਾਈ ਸਤਿ ਸ਼੍ਰੀ ਅਕਾਲ ਸਾਰੇ ਦੇਖਣ ਵਾਲਿਆਂ ਨੂੰ ਜੀ ਤਾਂ ਆਪਣਾ ਪਹਿਲੋਂ ਨਾਂ ਦੱਸ ਕੇ ਸਾਨੂੰ ਸਾਡੇ ਦਰਸ਼ਕਾਂ ਨੂੰ ਜਾਣੂ ਕਰਾਓ ਮੇਰਾ ਨਾਂ ਜੀ ਹਰਨੇਕ ਸਿੰਘ ਸੰਧੂਆ ਤੱਪਰ ਉਦਾਂ ਜੀ ਪਿਆਰ ਨਾਲ ਸਾਰੇ ਦੁੱਲਾ ਫਤਿਹਪੁਰੀਆ ਕਹਿੰਦੇ ਆ ਜੀ ਜੀ ਦੁੱਲਾ ਫਤਿਹਪੁਰੀਆ ਸੋ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਜਿੱਦਾਂ ਫਤਿਹਪੁਰੀਆ ਤੋਂ ਅੰਦਾਜ਼ਾ ਹੋ ਗਿਆ ਫਤਿਹਪੁਰੀਆ ਪਿੰਡ ਹੋਣਾ ਆਪਣਾ ਜੀ ਹਾਂਜੀ ਕਿੱਥੇ ਪੈਂਦਾ ਜੀ ਫਤਿਹਪੁਰੀਆ ਨਵੇਂ ਸ਼ਹਿਰ ਦੇ ਨਾਲ ਜੀ ਨਵੇਂ ਸ਼ਹਿਰ ਦੇ ਨਾਲ ਪਿੰਡ ਫਤਿਹਪੁਰੀਆ ਸੋ ਇਹ ਗੱਭਰੂ ਜਿਹੜੇ ਨੇ ਜਦੋਂ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਉਤਰਦੇ ਨੇ ਆਪਣੇ ਜੌਹਰ ਦਿਖਾਉਂਦੇ ਨੇ ਨਾਲ ਦੀ ਨਾਲ ਆਪਣੇ ਦੇਸ਼ ਦਾ ਆਪਣੇ ਨਗਰ ਦਾ ਆਪਣੇ ਮਾਤਾ ਪਿਤਾ ਦਾ ਤਾਂ ਨਾਂ ਉੱਚਾ ਕਰਦੇ ਨੇ ਪਰ ਸਭ ਤੋਂ ਜ਼ਰੂਰੀ ਆਪਣੇ ਪਿੰਡਾਂ ਦਾ ਨਾਂ ਵੀ ਰੋਸ਼ਨ ਕਰਦੇ ਨੇ ਸੋ ਫਤਿਹਪੁਰੀਆ ਜਿਸ ਨੂੰ ਨਹੀਂ ਵੀ ਪਤਾ ਹੋਏਗਾ ਕਿ ਨਵੇਂ ਸ਼ਹਿਰ ਦੇ ਕੋਲ ਫਤਿਹਪੁਰੀਆ ਹੈਗਾ ਪਰ ਇਸ ਜਵਾਨ ਦੀ ਰੇਡ ਤੋਂ ਬਾਅਦ ਫਤਿਹਪੁਰੀਏ ਦਾ ਨਾਂ ਜਿਹੜਾ ਪਿੰਡ ਦਾ ਨਾਂ ਜਿਹੜਾ ਪੂਰੇ ਵਿਸ਼ਵ ਨੇ ਜਾਣਿਆ ਅੱਜ ਦੀਆਂ ਰੇਡਾਂ ਨੂੰ ਲੈ ਕੇ ਇੱਕ ਦੋ ਜਾਫਿਆਂ ਨੂੰ ਛੱਡ ਕੇ ਤੁਹਾਡੀ ਰੇਡ ਦਰ ਜਿਹੜੀ ਆ ਬਹੁਤ ਵੱਡੀ ਰਹੀ ਐਵਰੇਜ ਬਹੁਤ ਵਧੀਆ ਰਹੀ ਹੈ ਹਾਂਜੀ ਭਾਅ ਜੀ ਰੱਬ ਦੀ ਕਿਰਪਾ ਹੋ ਗਈ ਭਾਅ ਜੀ ਰੱਬ ਦਾ ਹੱਥ ਸੀਗਾ ਸਿਰ 'ਤੇ ਤਾਂ ਭਾਅ ਜੀ ਜਿੱਤ ਪ੍ਰਾਪਤ ਕੀਤੀ ਆ ਤਾਂ ਭਾਅ ਜੀ ਸਾਰੀ ਟੀਮ ਨੇ ਭਾਅ ਜੀ ਫੁੱਲ ਜ਼ੋਰ ਮਾਰਿਆ ਸਾਡੀ ਨੇ ਤਾਂ ਟੀਮ ਵਰਕ ਨਾਲੇ ਜਿੱਤੇ ਆ ਕਿੰਨੀ ਦੇਰ ਤੋਂ ਇਸ ਗੇਮ ਦੇ ਵਿੱਚ ਤੁਸੀਂ ਕਬੱਡੀ ਮੈਂ ਭਾਅ ਜੀ 2012 ਦੇ ਵਿੱਚ ਭਾਅ ਜੀ ਸ਼ੁਰੂ ਕੀਤੀ ਸੀਗੀ ਤਾਂ ਹਲੇ ਵੀ ਖੇਡਦੇ ਆਏ ਪਰ ਮੇਰੇ ਇੰਜਰੀ ਆ ਗਈ ਸੀ 2 ਸਾਲ ਪਹਿਲਾਂ ਤਾਂ ਥੋੜ੍ਹਾ ਜਿਹਾ ਗੈਪ ਪੈ ਗਿਆ ਵੇਟ ਥੋੜ੍ਹਾ ਜਿਹਾ ਵੱਧ ਗਿਆ ਵਾ ਤਾਂ ਹੁਣ ਭਾਅ ਜੀ ਇੱਥੇ ਰਹਿਣਾ 3 ਕੁ ਮਹੀਨੇ ਤਾਂ ਫਿਰ ਸੀਜ਼ਨ ਲਾ ਕੇ ਫਿਰ ਵਾਪਸ ਚੱਲਦੇ ਹਾਂ ਜੀ ਓਕੇ ਤਾਂ ਇਸ ਵੇਲੇ ਤੁਸੀਂ ਜਿੱਦਾਂ ਯੂ ਐੱਸ ਏ ਦੀ ਟੀਮ ਵੱਲੋਂ ਖੇਡੀ ਯੂ ਐੱਸ ਏ ਕਿਹੜੀ ਕਲੱਬ ਹੈ ਜਿਸ ਕਲੱਬ ਵੱਲੋਂ ਤੁਹਾਡਾ ਇਹ ਟੀਮ ਜਿਹੜੀ ਹੈ ਸਾਰੀ ਆਈ ਮੈਂ ਭਾਅ ਜੀ ਅਸੀਂ ਵੱਖਰੀ ਵੱਖਰੀਆਂ ਭਾਅ ਜੀ ਟੀਮਾਂ 'ਚ ਖੇਡਦੇ ਹਾਂ ਜਿੱਦਾਂ ਮੈਂ ਮੈਨੀ ਭਾਅ ਜੀ ਲਈ ਖੇਡਦਾ ਯੰਗ ਸਪੋਰਟਸ ਕਲੱਬ ਲਈ ਉੱਥੇ ਭਾਅ ਜੀ ਤਾਂ ਉਹਨਾਂ ਦੀ ਭਾਅ ਜੀ ਬਹੁਤ ਆਪਾਂ ਨੂੰ ਸਪੋਰਟ ਆ ਤਾਂ ਤੀਰਥ ਗਾਕਲ ਭਾਅ ਜੀ ਅੱਛਾ ਸਭ ਤੋਂ ਕੋਈ ਇੰਟਰਸਟਿਡ ਮੈਚ ਇਸ ਤਰ੍ਹਾਂ ਦਾ ਹੋਵੇ ਜਿੱਥੇ ਤੁਹਾਡਾ ਚੈਲੰਜ ਹੋ ਗਿਆ ਹੋਵੇ ਕਿਸੇ ਦੇ ਨਾਲ ਕਿਸੇ ਜਾਫੀ ਨੇ ਪੱਟਾਂ ਦੇ ਹੱਥ ਮਾਰ ਕੇ ਕਿਹਾ ਹੋਵੇ ਕਰੀ ਆ ਤਾਂ ਸਹੀ ਤੈਨੂੰ ਮੈਂ ਸੁੱਕਾ ਨਹੀਂ ਜਾਣ ਦੇਣਾ ਔਰ ਉਹਦੇ ਕੋਲੋਂ ਮੁੜ ਕੇ ਫਿਰ ਪੱਟ 'ਤੇ ਹੀ ਹੱਥ ਮਾਰ ਕੇ ਵਾਪਸ ਆਏ ਹੋਵੋ ਕਿਸੇ ਇੱਦਾਂ ਦਾ ਮੌਕਾ ਮਿਲਿਆ ਭਾਅ ਜੀ ਬਹੁਤ ਮੈਚ ਆ ਹੁਣ ਭਾਅ ਜੀ ਇੱਦਾਂ ਦਾ ਚੇਤੇ ਕਰਨ ਯਾਰ ਔਖੇ ਦੋ ਚਾਰ ਸਾਡੇ ਦਰਸ਼ਕਾਂ ਨੂੰ ਪਤਾ ਹੋਵੇ ਜਦੋਂ ਤੁਹਾਡੇ ਵੱਲੋਂ ਕਿ ਫਤਿਹਪੁਰੀ ਇੱਥੇ ਪਹੁੰਚਿਆ ਸਾਹਮਣੇ ਵਾਲੀਆਂ ਟੀਮ ਦੀਆਂ ਚੀਕਾਂ ਘੜਾ ਦਿੱਤੀਆਂ ਹੈ ਕੋਈ ਮੌਕਾ ਭਾਅ ਜੀ ਇੱਕ ਮੈਚ ਹੋਇਆ ਸੀਗਾ ਭਾਅ ਜੀ ਵਰਜੀਨੀਆ ਤਾਂ ਆਪਣਾ ਮੇਰਾ ਮਿੱਤਰ ਇੱਕ ਦਾ ਆਪਣਾ ਜੋਤ ਤਾਂ ਭਾਅ ਜੀ ਉਹ ਮੈਚ ਆਪਣਾ ਬਹੁਤ ਤਕੜਾ ਲੱਗਾ ਸੀਗਾ ਭਾਅ ਜੀ
ਠੀਕ ਹੈ ਜੀ, ਫਸਵੇਂ ਮੈਚ ਕਿੰਨੇ ਕੁ ਕੀਤੇ ਭਾਜੀ? ਤਾਂ ਮਤਲਬ ਹਾਰਦੇ ਹਾਰਦੇ ਜਿੱਤ ਕੇ ਲੈ ਕੇ ਆਏ ਹੋ ਮੈਚ? ਭਾਜੀ ਪਤਾ ਨਹੀਂ ਯਾਰ ਕਿੰਨੇ ਕੁ ਮੈਚ ਲੱਗ ਗਏ ਭਾਜੀ, ਮੈਂ ਹੋਣਾ ਭਾਜੀ ਜਦੋਂ 13 ਸਾਲਾਂ ਦਾ ਹੋਣਾ ਭਾਜੀ, ਯਾਦਾਂ ਮੈਂ ਖੇਡਣ ਲੱਗ ਪਿਆ, ਤਾਂ ਹੁਣ ਤਾਂ ਪਤਾ ਜੀ ਪਤਾ ਨਹੀਂ ਕਿੰਨੇ ਕੁ ਮੈਚ ਨਿਕਲ ਗਏ ਹੋਣਗੇ। ਕੀ ਬਾਤ ਹੈ ਜੀ, 13 ਸਾਲਾਂ ਤੋਂ ਇਹ ਕਬੱਡੀ ਖੇਡ ਦੇ ਨਾਲ ਪਿਆਰ ਹੋਇਆ, ਕਬੱਡੀ ਖੇਡੀ ਹੈ, ਔਰ ਇਹਦੇ ਦੌਰਾਨ ਤੁਸੀਂ ਸਪੋਰਟਸ ਕੋਟੇ ਦੇ ਵਿੱਚ ਕਿਸੇ, ਜਿੱਦਾਂ ਹੁਣ ਤੁਸੀਂ ਵਿਦੇਸ਼ੀ ਕਲੱਬ ਨਾਲ ਖੇਡਦੇ ਹੋ, ਸਪੋਰਟਸ ਨੂੰ ਪਿਆਰ ਕਰਦੇ ਹੋ, ਸਪੋਰਟਸ ਕਰਦੇ ਕਰਦੇ ਇੱਥੇ ਪੰਜਾਬ ਦੇ ਵਿੱਚ ਕਿਸੇ ਜੌਬ ਦੀ ਔਫਰ ਨਹੀਂ ਆਈ? ਨਹੀਂ ਭਾਜੀ, ਉੱਥੇ ਅਸੀਂ ਭਾਜੀ ਉੱਥੇ ਸੈਟਲ ਹਾਂ, ਸਾਰੀ ਫੈਮਿਲੀ ਭਾਜੀ ਅਮਰੀਕਾ ਹੀ ਆ, ਤਾਂ ਉਰੇ ਦਾ ਭਾਜੀ ਬਸ ਘੁੰਮਣ ਫਿਰਨ ਆਈ ਦਾ, ਮੈਚ ਲਾ ਕੇ ਮਤਲਬ ਤੁਸੀਂ ਉੱਥੇ ਹੀ ਖੇਡਦੇ 13 ਸਾਲਾਂ ਦੇ ਕਿ ਜਾਂ ਪੰਜਾਬ 'ਚ ਖੇਡਦੇ? ਭਾਜੀ ਦੋਨੇ ਹੀ ਉੱਥੇ, ਜਿੱਦਾਂ ਭਾਜੀ ਉੱਥੇ ਸੀਜ਼ਨ ਲਾ ਲਈਦਾ, ਜਦੋਂ ਉੱਥੇ ਹੁੰਦਾ ਭਾਜੀ ਤਾਂ ਮੁੜ ਕੇ ਇੱਥੇ ਆ ਜਾਈਦਾ ਭਾਜੀ ਸੀਜ਼ਨ ਲਾਉਣ, ਤਾਂ ਜਦੋਂ ਇੱਥੇ ਸੀਜ਼ਨ ਮੁੱਕ ਜਾਂਦਾ ਫਿਰ ਉੱਥੇ ਚੱਲ ਜਾਈਦਾ ਭਾਜੀ, ਜਿੱਦਾਂ ਜੋ ਵੀ ਆ ਭਾਜੀ ਇੱਕ। ਅੱਜ ਤੁਸੀਂ ਆਪਣੇ ਆਪ ਨੂੰ ਮੈਨ ਆਫ ਦੀ ਮੈਚ ਮੰਨਦੇ ਹੋ ਕਿ ਨਹੀਂ ਮੰਨਦੇ? ਮੈਚ ਜਿਤਾਇਆ ਤੁਸੀਂ? ਨਹੀਂ ਭਾਜੀ, ਟੀਮ ਵਰਕ ਸੀਗਾ, ਤਾਂ ਭਾਜੀ ਜਿੱਤ ਪ੍ਰਾਪਤ ਕੀਤੀ ਆ ਮੈਚ, ਮੈਂ ਤਾਂ ਭਾਜੀ ਇਹ ਜਿੱਤ ਪੂਰੀ ਟੀਮ ਲਈ ਕੀ ਮਾਇਨੇ ਰੱਖਦੀ ਹੈ, ਕਿੱਡੀ ਕੁ ਜਿੱਤ ਹੈ ਭਾਜੀ? ਆਸ ਪੂਰੀ ਸੀਗੀ ਤਾਂ ਰੱਬ ਨੇ ਅੱਜ ਬਖਸ਼ਿਆ ਭਾਜੀ ਪੂਰਾ, ਤਾਂ ਟੀਮ ਵਰਕ ਸਾਰਿਆਂ ਨੇ ਜ਼ੋਰ ਮਾਰਿਆ ਭਾਜੀ, ਤਾਂ ਜਿੱਤ ਪ੍ਰਾਪਤ ਕੀਤੀ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਕੰਦੋਲਾ ਸਾਹਿਬ ਦਾ, ਬਹੁਤ ਬਹੁਤ ਧੰਨਵਾਦ ਫਤਿਹਪੁਰੀ ਜੀ ਤੁਹਾਡਾ ਵੀ, ਔਰ ਧੰਨਵਾਦ ਤੁਹਾਡਾ ਵੀ। ਸੋ ਇਹ ਨੇ ਸਾਡੇ ਪੰਜਾਬ ਦੇ ਗੱਭਰੂ ਜਵਾਨ, ਜਿਨ੍ਹਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਮਿਹਨਤਾਂ ਮਾਰੀਆਂ ਨੇ, ਰੋਜ਼ੀ ਰੋਟੀ ਵੀ ਕਮਾਉਂਦੇ ਨੇ, ਔਰ ਨਾਲ ਦੀ ਨਾਲ ਮਾਂ ਖੇਡ ਕਬੱਡੀ ਨੂੰ ਇੰਨਾ ਪਿਆਰ ਇੰਨਾ ਸਤਿਕਾਰ ਦਿੰਦੇ ਨੇ, ਔਰ ਇਹੀ ਜੌਹਰ ਇਹਨਾਂ ਨੇ ਪੰਜਾਬ ਦੀ ਧਰਤੀ 'ਤੇ ਆ ਕੇ ਦਿਖਾਏ ਨੇ। ਸੋ ਅੱਜ ਕਲੋਜਿੰਗ ਸੈਰਾਮਨੀ 'ਤੇ ਤੀਸਰਾ ਸਥਾਨ ਇਹਨਾਂ ਨੇ ਪ੍ਰਾਪਤ ਕੀਤਾ ਹੈ। NRI TV ਕੈਨੇਡਾ ਵੱਲੋਂ ਇਸ ਸਮੁੱਚੀ ਟੀਮ ਨੂੰ ਅਸੀਂ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ।